ਕਈਆਂ ਨੂੰ ਹਲਦੀ ਦਾ ਸਹੀ ਟਾਈਮ ਨਹੀਂ ਪਤਾ ਲਾਉਣ ਦਾ। ਇਹਦਾ ਸਹੀ ਟਾਈਮ ਹੈਗਾ ਵਾ 10 ਤੋਂ ਲੈ ਕੇ ਅਤੇ 20 ਮਈ ਦੇ ਵਿੱਚ ਵਿੱਚ ਜੇ ਤੁਸੀਂ ਲਾਉਂਦੇ ਜੋ ਤਾਂ ਬਹੁਤ ਵਧੀਆ ਝਾੜ ਇਹਦਾ ਲੈ ਸਕਦੇ ਹੋ। ਇਹ ਹਮੇਸ਼ਾ ਨੌਰਥ ਟੂ ਸਾਊਥ ਬੈਡ ਦੇ ਉੱਤੇ ਲਾਈ ਜਾਂਦੀ ਆ। ਇੱਕ ਇੱਕ ਗੰਢੀ ਡੇਢ ਡੇਢ ਗੇਟ ਦੇ ਉੱਤੇ, ਇੱਕ ਇੱਕ ਗੇਟ ਦੇ ਅੰਦਰ ਅੰਦਰ ਰੱਖੀ ਜਾਂਦੀ ਆ ਦੋਵਾਂ ਸਾਈਡਾਂ ਦੇ ਉੱਤੇ, ਅਤੇ ਦੋ ਲਾਈਨਾਂ ਲਾਈਆਂ ਜਾਂਦੀਆਂ ਵਾ 3 ਫੁੱਟ ਦੇ ਬੈੱਡ ਦੇ ਉੱਤੇ। ਇਹ 16 ਅਗਸਤ ਦਾ ਅੱਜ ਹੈਗੀ ਆ ਅਤੇ ਇੰਨੇ ਦਿਨ ਹੋ ਗਏ ਇਹਨੂੰ, ਹੁਣ ਤੱਕ ਦੀ ਇਹ ਬਹੁਤ ਵਧੀਆ ਗਰੋਥ ਹੈਗੀ ਆ। ਮੀਂਹ ਪੈਂਦੇ ਰਹਿੰਦੇ ਆ, ਨਦੀਨ ਮਾਸਾ ਨਹੀਂ ਹੁੰਦਾ, ਉਹਦੇ ਵਾਸਤੇ ਆਪਾਂ ਪਰਾਲੀ ਦੀ ਮਲਚਿੰਗ ਕਰ ਦੇਣੀ ਆ ਉਸੇ ਟਾਈਮ ਦੇ ਉੱਤੇ, ਅਤੇ ਫਿਰ ਇਹਨੂੰ ਪਾਣੀ ਦੇਣਾ ਵਾ। ਕੁੱਲ ਹੁਣ ਤੱਕ ਇਹਨੂੰ 3 ਚ ਕਿ 4 ਪਾਣੀ ਲੱਗੇ ਆ। ਅੱਜ ਤੋਂ 5 ਸਾਲ ਪਹਿਲਾਂ ਹੀ ਫਰਵਰੀ ਦੇ ਮਾਰਚ ਦੇ ਵਿੱਚ ਲਾਉਂਦੇ ਹੁੰਦੇ ਸੀਗੇ, ਅਤੇ ਮਈ ਤੱਕ ਆਉਂਦਿਆਂ ਆਉਂਦਿਆਂ 5-6 ਗੋਡੀਆਂ ਜਾਂਦੀਆਂ ਹੁੰਦੀਆਂ ਸੀ, ਅਤੇ ਮੋਥਰਾ ਬਹੁਤ ਜ਼ਿਆਦਾ ਹੁੰਦਾ ਸੀ ਜੇ ਮਰਦਾ ਨਹੀਂ ਹੁੰਦਾ, ਤਾਂ ਕਰਕੇ ਇਹਦੇ ਉੱਤੇ ਮਲਚਿੰਗ ਕਰਨੀ ਬਹੁਤ ਜ਼ਿਆਦਾ ਜ਼ਰੂਰੀ ਆ। ਇੱਕ ਏਰੀਏ 'ਚੋਂ ਘਾਹ ਫੜਿਆ ਸਿਰਫ, ਅਤੇ ਗਰੋਥ ਤੁਹਾਡੇ ਸਾਹਮਣੇ।